ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਸੁਖਪਾਲ ਕੌਰ ਪਹਿਲਾ ਪੇਜ 'ਤੇ ਚੌਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੱਧਰੀ ਕੋਵਿਡਸ ਮੀਖਾ ਮੀਟਿੰਗ ਦੌਰਾਨ ਸਾਨਿਕ ਪੱਧਰ ਤੇ ਕੰਟੇਨਮੈਂਟ ਰਣਨੀਤੀ ਦੀ ਲੋੜ ਤੇ ਜ਼ੋਰ ਦਿੱਤਾ ਪ੍ਰਧਾਨ ਮੰਤਰੀ ਨੇ ਕਰੋਨਾ ਦੀ ਉੱਚ ਪੋਜ਼ਿਟਿਵਿਟੀ ਦਰ ਵਾਲੇ ਇਲਾਕਿਆਂ ਵਿੱਚ ਟੈਸਟਿੰਗ ਨੂੰ ਵਧਾਉਣ ਲਈ ਆਖਿਆ ਪ੍ਰਧਾਨ ਮੰਤਰੀ ਵੱਲੋਂ ਵੈਂਟੀਲੇਟਰਾਂ ਦੇ ਸੰਚਾਲਨ ਅਤੇ ਹੋਰ ਉਪਕਰਨਾਂ ਦੀ ਵਰਤੋਂ ਬਾਰੇ ਸਿਹਤ ਵਰਕਰਾਂ ਨੂੰ ਜ਼ਰੂਰੀ ਸਿਖਲਾਈ ਦਿੱਤੇ ਜਾਂਦੇ ਤੇ ਜ਼ੋਰ कोरोना मरीजਾਂ ਲਈ ਰੱਖਿਆ ਖੋਸਤ ਵਿਕਾਸ ਸੰਗਠਨ ਡੀਆਰਡੀਓ ਵੱਲੋਂ ਤਿਆਰ ਕੀਤੀ ਗਈ ਕੋਵਿਡ ਦਵਾਈ 2 ਡੀਆਕਸੀਡੀ ਗਲੂਕੋਸ ਦਾ ਪਹਿਲਾ ਬੈਚ ਅਗਲੇ ਹਫਤੇ ਲਾਂਚ ਕੀਤਾ ਜਾਵੇਗਾ। ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੀ ਮੌਜੂਦਾ ਦੂਜੀ ਲਹਿਰ ਦੌਰਾਨ ਕਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਵਿੱਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ 3,53,000 ਕਰੋਨਾ ਮਰੀਜ਼ ਸਿਹਤਯਾਬ ਹੋਏ। ਹੁਣ ਤੱਕ 2 ਕਰੋੜ 4 ਲੱਖ ਤੋਂ ਵੱਧ ਲੋਕ ਕਰੋਨਾ ਤੋਂ ਠੀਕ ਹੋਏ। ਦਿਲ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਕੌਮੀ ਰਾਜਸਥਾਨੀ ਵਿੱਚ ਗ੍ਰਹਿ ਕਾਂਤਵਾਸ ਵਿੱਚ ਰਹਿ ਰਹੇ ਕਰੋਨਾ ਮਰੀਜ਼ਾਂ ਦੀ ਲੋੜ ਦੇ ਮੱਦੇ ਨਜ਼ਰ ਆਕਸੀਜਨ ਕਨਸੈਂਟਰੇਟਰ ਬੈਂਕ ਸਥਾਪਿਤ ਕੀਤੇ ਗਏ ਨੇ ਪੰਜਾਬ ਦੇ ਕੋਟੇ ਦੀ 80 ਮੀਟ੍ਰਿਕ ਟਨ ਆਕਸੀਜਨ ਦੀ ਚੁਕਾਈ ਲਈ ਚੰਡੀਗੜ੍ਹ ਤੋਂ ਪਹਿਲੀ ਆਕਸੀਜਨ ਐਕਸਪ੍ਰੈਸ ਰੇਲ ਗੱਡੀ ਬੁਕਾਰੋਲੇ ਰਵਾਨਾ ਹੋਈ ਇਸ ਕਰਾਂ ਵਿੱਚ ਲਿਆਦਾਰਿਆ ਗਰੀਬ ਅਤੇ ਬੇਸਹਾਰਾ ਕੋਵਿਡ ਮਰੀਜ਼ਾਂ ਲਈ ਭੋਜਨ ਪਹੁੰਚਾਉਣ ਦਾ ਕੰਮ ਸ਼ੁਰੂ ਮੋਹਾਲੀ ਜ਼ਿਲ੍ਹੇ ਵਿੱਚ ਪੁਰਲ ਪੁਲਿਸ ਕਰਮਚਾਰੀਆਂ ਨੇ ਲੋਕਾਂ ਦੇ ਘਰਾਂ ਤੱਕ ਭੋਜਨ ਪਹੁੰਚਾਇਆ ਪੰਜਾਬ ਦੇ ਪਿੰਡਾਂ ਵਿੱਚ ਲੋਕਾਂ ਨੂੰ ਕਰੋਨਾ ਮਹਾਮਾਰੀ ਬਾਰੇ ਜਾਗਰੂਕ ਕਰਨਾ ਤੇ ਕਰੋਨਾ ਤੋਂ ਪਿੰਡਾਂ ਦੇ ਬਚਾਲੀ ਪੰਚਾਇਤਾਂ ਨੌਜਵਾਨਾਂ ਅਤੇ ਪੜ੍ਹੇ ਲਿਖੇ ਸਥਾਨਕ ਲੋਕਾਂ ਵੱਲੋਂ ਯਤਨ ਤੇਜ ਸਾਬਕਾ ਕੇਂਦਰੀ ਮੰਤਰੀ ਅਤੇ ਰਾਜਪਾਲ ਰਗੁਨੰਦਨ ਲਾਲ ਪਾਟਿਆ ਦਾ ਅੰਤਮ ਸੰਸਕਾਰ ਅਮ੍ਰਿਤ ਸਰਦੇ ਦੁਰਗਿਆਨਾ ਮੰਦਿਰ ਸ਼ਿਪੂਰੀ ਵਿਖੇ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਰਗੁਨੰਦਰਨ لال ਪਾਟਿਆ ਦਾ ਅੱਜ ਸਵੇਰੇ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਵਿਡ-19 ਦੀ ਸਥਿਤੀ ਅਤੇ ਕੋਵਿਡ ਟਿਕਾਗਰਨ ਪ੍ਰੋਗਰਾਮ ਦੀ ਇਸ ਮੀਖਾ ਲੇ ਕੋਚ ਪਦਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਕੈਬਨਟ ਸਕੱਤਰ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਗ੍ਰਹਿ ਮੰਤਰਾਲਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਬਾਇਓਟੈਕਨੋਲੋਜੀ ਵਿਭਾਗ ਅਤੇ ਸੂਚਨਾ ਤੇ ਪ੍ਰਚਾਰਣ ਮੰਤਰਾਲਾ ਦੇ ਮੰਤਰੀਆਂ ਤੇ ਅਧਿਕਾਰੀਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਲੈ ਆਧਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਦੇਸ਼ ਵਿੱਚ ਕਰੋਨਾ ਟੈਸਟਿੰਗ ਤੇਜ਼ੀ ਨਾਲ ਵਧੀ ਹੈ ਮਾਰਚ ਦੇ ਸ਼ੁਰੂ ਵਿੱਚ ਹਰ ਹਫ਼ਤੇ 50 ਲੱਖ ਕਰੋਨਾ ਟੈਸਟ ਹੋਏ ਜਦਕਿ ਇਸ ਸਮੇਂ ਇੱਕ ਹਫ਼ਤੇ ਵਿੱਚ 1 ਕਰੋੜ 30 ਲੱਖ ਦੇ ਕਰੀਬ ਕਰੋਨਾ ਟੈਸਟ ਹੋ ਰਹੇ ਨੇ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਕਿ ਦੇਸ਼ ਵਿੱਚ ਛੋਲੀ-ਹੋਲੀ ਕਰੋਨਾ ਦਾ ਪੋਜ਼ਿਟਿਵਿਟੀ ਰੇਟ ਘਟ ਰਿਹਾ ਹੈ ਜਦਕਿ ਕਰੋਨਾ ਤੋਂ ਠੀਕ ਹੋਣ ਦੀ ਦਰ ਵਧ ਰਹੀ ਹੈ ਅਜਿਹੇ ਸਿਹਤ ਕਾਮਯਾ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਸਾਂਝੇ ਯਤਨਾਂ ਕਾਰਨ ਹੋਇਆ ਹੈ ਮੀਟਿੰਗ ਦਾਨ ਪ੍ਰਧਾਨ ਮੰਤਰੀ ਨੂੰ ਸੂਬਾ ਅਤੇ ਜ਼ਿਲ੍ਹਾ ਪੱਧਰ ਤੇ ਕੋਵਿਡ ਦੀ ਸਥਿਤੀ ਟੈਸਟਿੰਗ ਆਕਸੀਜਨ ਉਪਲਬਧਤਾ ਸਿਹਤ ਸੰਭਾਲ ਮੂਲਟਾਂਚਾ ਤੇ ਟਿਕਾకరణ ਰੋਡ ਮੈਪ ਬਾਰੇ ਵਿਸਥਾਰਤ ਪੇਸ਼ਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਟੈਸਟ ਪੋਜ਼ਿਟਿਵਿਟੀ ਧਾਰਵਾਦ ਦਰਜ ਹੋਣ ਵਾਲੇ ਵੱਖ-ਵੱਖ ਸੂਬਿਆਂ ਦੇ ਜ਼ਿਲ੍ਹਿਆਂ ਵਿੱਚ ਸਥਾਨਿਕ ਪੱਧਰ ਤੇ ਕਨਟੇਨਮੈਂਟ ਰਣਨੀਤੀ ਅਪਣਾਏ ਜਾਣ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਅਜਿਹੇ ਖੇਤਰਾਂ ਵਿੱਚ ਟੈਸਟ ਵਧਾਉਣ ਲਈ ਵੀ ਆਖਿਆ ਪ੍ਰਧਾਨ ਮੰਤਰੀ ਵੱਲੋਂ ਦਿਹਾਤੀ ਖੇਤਰਾਂ ਵਿੱਚ ਸਿਹਤ ਸੰਭਾਲ ਵਸੂਲਿਆਂ ਨੂੰ ਵਧਾਉਣ ਤੇ ਵੀ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਹਰ ਘਰ ਵਿੱਚ ਟੈਸਟਿੰਗ ਤੋਂ ਇਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਸੁਬਿਆਂ ਵਿੱਚ ਅਣਵਰਤੇ ਵੈਂਟੀਲੇਟਰਾਂ ਦੀਆਂ ਰਿਪੋਰਟਾਂ ਦਾ ਗੰਭੀਰ ਨੋਟਿਸ ਲਿਆ ਉਹਨਾਂ ਵੈਂਟੀਲੇਟਰ ਇੰਸਟਾਲ ਕਰਨ ਤੇ ਵੈਂਟੀਲੇਟਰਾਂ ਦੇ ਸੰਚਾਲਨ ਬਾਰੇ ਤੁਰੰਤ ਆਡਿਟ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਪ੍ਰਧਾਨ ਮੁਤਰੀ ਨੇ ਕਿਹਾ ਕਿ ਜੇ ਲੋੜ ਹੋਵੇ ਤਾਂ ਵੈਂਟੀਲੇਟਰਾਂ ਨੂੰ ਸਹੀ ਤਰੀਕੇ ਨਾਲ ਚਲਾਉਣ ਬਾਰੇ ਸਿਹਤ ਵਰਕਰਾਂ ਨੂੰ ਰਿਫਰੈਸ਼ਰ ਟ੍ਰੇਨਿੰਗ ਵੀ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਭਾਰਤ ਦੀ ਕੋਰੋਨਾ ਵਿਰੁੱਧ ਜੰਗ ਸ਼ੁਰੂ ਤੋਂ ਹੀ ਵਿਗਿਆਨੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੜੀ ਜਾ ਰਹੀ ਹੈ ਤੇ ਅਗੋਂ ਵੀ ਵਿਗਿਆਨੀਆਂ ਅਤੇ ਵਿਸ਼ਾ ਮਹਾਰਾਂ ਦੀ ਰਹਿਨਮਾਈ ਵਿੱਚ ਹੀ ਕੋਰੋਨਾ ਵਿਰੁੱਧ ਜੰਗ ਜਾਰੀ ਰਹੇਗੀ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਕੋਵਿਡ ਟਿਕਾਗਰਨ ਅਮਲ ਅਤੇ 45 ਸਾਲ ਤੋਂ ਵੱਧ ਉਮਰ ਵਰਗ ਦੇ ਨਾਗਰਿਕਾਂ ਦੇ ਸੂਬਿਆਂ ਦੇ ਪੱਧਰ ਤੇ ਟਿਕਾਗਰਨ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ। ਇਸ ਦੌਰਾਨ ਪ੍ਰਵੇਖ ਵਿੱਚ ਵੈਕਸੀਨ ਦੀ ਉਪਲਬਧਤਾ ਬਾਰੇ ਵੀ ਚਰਚਾ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਟਿਕਾਗਰਨ ਦੀ ਰਫ਼ਤਾਰ ਨੂੰ ਵਧਾਉਣ ਲਈ ਸੂਬਿਆਂ ਨਾਲ ਨੇੜੇ ਤੋਂ ਸੰਪਰਕ ਰੱਖਣ। ਕਰੋਨਾ ਮਰੀਜ਼ਾਂ ਲਈ ਰੱਖਿਆ ਖੋਜ ਤੇ ਵਿਕਾਸ ਸੰਗਠਨ ਡੀਆਰਡੀਓ ਵੱਲੋਂ ਤਿਆਰ ਕੀਤੀ ਗਈ ਕੋਵਿਡ ਦਵਾਈ ਨੂੰ 2DXD ਗਲੂਕੋਜ਼ ਦਾ ਪਹਿਲਾ ਬੈਚ ਅਗਲੇ ਹਫ਼ਤੇ ਲਾਂਚ ਕੀਤਾ ਜਾਵੇਗਾ। ਪਾਊਡਰ ਦੀ ਸ਼ਕਲ ਵਿੱਚ ਤਿਆਰ ਕੀਤੀ ਗਈ ਇਸ ਦਵਾਈ ਨੂੰ ਪਿੱਛੇ ਦੇ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ ਡੀਸੀਜੀਆਈ ਵੱਲੋਂ ਹੰਗਾਮੀ ਵਰਤੌਲੀ ਮਨਜ਼ੂਰੀ ਦਿੱਤੀ ਗਈ ਸੀ ਡੀਆਰਡੀਓ ਸੂਤਰਾਂ ਅਨੁਸਾਰ ਡਾਕਟਰ ਰੈਡੀਜ਼ ਲੈਵਲੋਂ ਅਗਲੇ ਮਹੀਨੇ ਤੋਂ ਇਸ ਦਵਾਈ ਦਾ ਵੱਡੇ ਪੱਧਰ ਤੇ ਉਤਪਾਦਨ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਇਸ ਦਵਾਈ ਦੀ ਮਨਜ਼ੂਰੀ ਡੀਸੀਜੀਆਈ ਵੱਲੋਂ ਹੰਗਾਮੀ ਵਰਤੌਲੀ ਦਿੱਤੀ ਗਈ ਹੈ ਇਸ ਲਈ ਇਹ ਦਵਾਈ ਕੋਵਿਡ ਮਰੀਜ਼ਾਂ ਨੂੰ ਸਿਰਫ ਹਸਪਤਾਲਾਂ ਵੱਲੋਂ ਹੀ ਦਿੱਤੀ ਜਾਵੇਗੀ ਕੋਰੋਨਾ ਨਾਲ ਪੀੜਤ ਮਰੀਜ਼ਾਂ ਨੂੰ 2 ਡਾਇਆਕਸੀਡੀ ਗਲੂਕੋਜ਼ ਦਵਾਈ ਪਾਣੀ ਵਿੱਚ ਘੋਲ ਕੇ ਪਿਲਾਇਆ ਜਾਵੇਗੀ ਇਸ ਦਵਾਈ ਦੇ ਟ੍ਰਾਇਲ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਨਾਲ ਹਸਪਤਾਲਾਂ ਵਿੱਚ ਜੇਰੇ ਇਲਾਜ ਕੋਵਿਡ ਮਰੀਜ਼ ਛੇਤੀ ਸਿਹਤਯਾਬ ਹੁੰਦੇ ਨੇ ਅਤੇ ਉਨ੍ਹਾਂ ਦੀ ਵਾਧੂ ਆਕਸੀਜਨ ਤੇ ਨਿਰਭਰਤਾ ਘਟਦੀ ਹੈ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੀ ਮੌਜੂਦਾ ਦੂਜੀ ਲਹਿਰ ਦੌਰਾਨ ਇਸ ਸਮੇਂ ਭਾਰਤ ਵਿੱਚ ਕਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਵਿੱਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ ਜਿਸ ਨਾਲ ਕੌਮੀ ਪੱਧਰ ਤੇ ਕਰੋਨਾ ਤੋਂ ਠੀਕ ਹੋਣ ਦੀ ਦਰ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਪਰ ਕਈ ਸੂਬਿਆਂ ਤੇ ਕੇਂਦਰ ਸ शासित ਪ੍ਰਦੇਸ਼ ਅਜੇ ਹਨ ਜਿਨ੍ਹਾਂ ਵਿੱਚ ਅਜੇ ਵੀ ਕਰੋਨਾ ਦੇ ਤਾਜ਼ਾ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਦੱਸਿਆ ਹੈ ਕਿ ਹੁਣ ਤੱਕ ਕਰੋਨਾ ਦੀ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੇ 15.7 ਫੀਸਦੀ ਪੋਜ਼ਿਟਿਵ ਮਾਮਲੇ ਨੇ ਮੌਜੂਦਾ ਸਮੇਂ ਭਾਰਤ ਵਿੱਚ 36,73,000 ਤੋਂ ਵੱਧ ਐਕਟਿਵ ਕੋਵਿਡ ਮਰੀਜ਼ ਮੌਜੂਦ ਨੇ ਪਿਛਲੇ ਕਈ ਦਿਨਾਂ ਤੋਂ ਦੇਸ਼ ਵਿੱਚ ਕਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 3 ਲੱਖ ਤੋਂ ਵੱਧ ਦਰਜ ਕੀਤੀ ਜਾ ਰਹੀ ਹੈ ਜਿਸ ਮੰਗਰੋ ਕਰੋਨਾ ਤੋਂ ਠੀਕ ਹੋਣ ਦੀ ਦਰ ਵਿੱਚ ਲਗਾਤਾਰ ਸੁਧਾਰ ਆ ਰਿਹਾ ਹੈ ਜੋ ਇਸ ਸਮੇਂ 83.83% ਤੇ ਪਹੁੰਚ ਗਈ ਹੈ ਮੰਤਰਾਲਾ ਅਨੁਸਾਰ ਬੀਤੇ 24 ਘੰਟਿਆਂ ਦੌਰਾਨ 3,53,000 ਕਰੋਨਾ ਮਰੀਜ਼ ਸਿਹਤਯਾਬ ਹੋਏ ਨੇ ਦੇਸ਼ ਵਿੱਚ ਹੁਣ ਤੱਕ 2 ਕਰੋੜ 4 ਲੱਖ ਤੋਂ ਵੱਧ ਲੋਕ ਕਰੋਨਾ ਤੋਂ ਠੀਕ ਹੋ ਚੁੱਕੇ ਨੇ ਮੰਤਰਾਲਾ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿੱਚ 3 ਲੱਖ 26 ਹਜ਼ਾਰ ਨਵੇਂ ਕਰੋਨਾ ਮਾਮਲੇ ਦਰਜ ਹੋਏ ਇਸ ਸਮੇਂ ਦੌਰਾਨ ਕਰੋਨਾ ਕਾਰਨ 3890 ਲੋਕਾਂ ਦੀਆਂ ਜਾਨਾਂ ਗਈਆਂ ਹੁਣ ਤੱਕ ਇਸ ਮਹਾਮਾਰੀ ਕਾਰਨ ਦੇਸ਼ ਵਿੱਚ 2 ਲੱਖ 66 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਹੈ ਕਿ ਕੌਮੀ ਰਾਸਥਾਨੇ ਵਿੱਚ ਗ੍ਰਹਿ ਕਾਂਤਵਾਸ ਵਿੱਚ ਰਹਿ ਰਹੇ ਗੁਰੂਨਾ ਮਰੀਜ਼ਾਂ ਦੀ ਲੋੜ ਦੇ ਮੱਦੇ ਨਜ਼ਰ ਆਕਸੀਜਨ ਕਨਸੈਂਟਰੇਟਰ ਬੈਂਕ ਸਥਾਪਿਤ ਕੀਤੇ ਗਏ ਨੇ ਅੱਜ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਦੇ ਹਰ ਜ਼ਿਲ੍ਹੇ ਵਿੱਚ 200 ਆਕਸੀਜਨ ਕਨਸੈਂਟਰੇਟਰਾਂ ਦਾ ਬੈਂਕ ਸਥਾਪਿਤ ਕੀਤਾ ਗਿਆ ਹੈ ਤੇ ਜੇ ਕਿਸੇ ਮਰੀਜ਼ ਨੂੰ ਮੈਡੀਕਲ ਆਕਸੀਜਨ ਦੀ ਲੋੜ ਹੈ ਤਾਂ ਉਹ ਆਪਣੇ ਘਰ ਆਕਸੀਜਨ ਕਨਸੈਂਟਰੇਟਰ ਮੰਗਵਾ ਸਕਦਾ ਹੈ ਆਕਸੀਜਨ ਕਨਸੈਂਟਰੇਟਰ ਦੀ ਮੰਗ ਕੀਤੇ ਜਾਣ ਤੇ 2 ਘੰਟਿਆਂ ਦੇ ਅੰਦਰ ਅੰਦਰ ਸਿਹਤ ਵਿਭਾਗ ਦੀਆਂ ਟੀਮਾਂ ਇਕਾਂਤਵਾਸ ਵਿੱਚ ਰਹਿ ਰਹੇ ਕੋਵਿਡ ਮਰੀਜ਼ਾਂ ਦੇ ਬੂਹਿਆਂ ਤੇ ਮੈਡੀਕਲ ਆਕਸੀਜਨ ਮੁਹੱਈਆ ਕਰਵਾਉਣਗੇ। ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਕੌਮੀ ਰਸਤਾ ਨੇ ਵਿੱਚ ਤਾਜ਼ਾ ਮਾਮਲੇ ਘਟ ਕੇ 6500 ਰਹਿ ਗਏ ਨੇ, ਜਦਕਿ ਕਰੋਨਾ ਦੀ ਪੋਜ਼ਿਟਿਵਿਟੀ ਵੀ ਦਰ ਵੀ 11% ਤੇ ਆ ਗਈ ਹੈ। ਪੰਜਾਬ ਦੇ ਕੋਟੇ ਦੀ 80 ਮੀਟ੍ਰਿਕ ਟਨ ਆਕਸੀਜਨ ਦੀ ਚੁਕਾਈ ਲਿਆ ਚੰਡੀਗੜ੍ਹ ਤੋਂ ਪਹਿਲੀ ਆਕਸੀਜਨ ਐਕਸਪ੍ਰੈਸ ਰੇਲ ਗੱਡੀ ਬੁਕਾਰੋ ਲਈ ਰਵਾਨਾ ਹੋਈ ਇਸ ਨਾਲ ਸੂਬੇ ਵਿੱਚ ਕਰੋਨਾ ਦੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਜੀਵਨ ਰੱਖਿਆਕ ਮੈਡੀਕਲਸ ਸਮਗਰੀ ਦੇ ਸਟਾਕ ਨੂੰ ਹੋਰ ਮਜ਼ਬੂਤੀ ਮਿਲੇਗੀ ਆਕਸੀਜਨ ਕੰਟਰੋਲ ਰੂਮ ਦੀ ਨਿਗਰਾਨੀ ਕਰ ਰਹੇ ਸੀਨੀਅਰ ਆਈਐਸ ਅਧਿਕਾਰੀ ਰਾਹੁਲ ਦਿਵਾੜੀ ਨੇ ਦੱਸਿਆ ਕਿ ਵਿਭਾਗ ਵੱਲੋਂ ਟੈਂਕਰਾਂ ਦੀ ਉਚਾਈ ਸੰਬੰਧੀ ਮਸਲੇ ਦਾ ਹੱਲ ਕਰ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਸਰਕਾਰਾਂ ਵੱਲੋਂ ਰੇਲਵੇ ਦੀਆਂ ਲੋੜਾਂ ਅਨੁਸਾਰ 2 ISO ਕੰਟੇਨਰਾਂ ਦੀ ਖਰੀਦ ਕੀਤੀ ਗਈ ਅਤੇ ਆਕਸੀਜਨ ਦੀ ਸਪਲਾਈ ਲਈ ਮਾਰਕਫੈਟ ਦੀਆਂ ਸੇਵਾਵਾਂ ਲਈਆਂ ਗਈਆਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਇਕਾਂਤਵਾਸ ਵਿਚ ਰਹਿ ਰਹੇ ਗਰੀਬ ਕੋਵਿਡ ਮਰੀਜ਼ਾਂ ਲਈ ਭੋਜਨ ਮੁਹੱਈਆ ਕਰਵਾਏ ਜਾਣ ਬਾਰੇ ਐਲਾਨ ਤੋਂ ਬਾਅਦ ਹੁਣ ਇਸ ਉੱਤੇ ਅਮਲ ਹੁੰਦਾ ਦਿਖਾਈ ਦੇ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਤਿਆਰ ਭੋਜਨ ਇਹਨਾਂ ਮਰੀਜ਼ਾਂ ਦੇ ਘਰਾਂ ਤੱਕ ਪਹੁੰਚਦਾ ਕੀਤਾ ਜਾ ਰਿਹਾ ਹੈ। ਐਸਪੀ ਸਿਟੀ ਮੁਹਾਲੀ ਨੇ ਅੱਜ ਸੁਹਾਣਾ ਪੁਲਿਸ ਸਟੇਸ਼ਨ ਵਿਖੇ ਭੋਜਨ ਹੈਲਪਲਾਈਨ ਲਾਂਚ ਕੀਤੀ ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਗਰੀਬ ਅਤੇ ਬੇਸਹਾਰਾ ਗਰੋਨਾ ਮਰੀਜ਼ 181 ਅਤੇ 112 ਨੰਬਰਾਂ ਤੇ ਫੋਨ ਕਰਕੇ ਆਪਣੇ ਘਰ ਖਾਣਾ ਮੰਗਵਾ ਸਕਦੇ ਨੇ ਐਸਪੀ ਹਰਵਿੰਦਰ ਸਿੰਘ ਨੇ ਸੁਹਾਣਾ ਪੁਲਿਸ ਸਟੇਸ਼ਨ ਵਿਖੇ ਸਥਾਪਿਤ ਕੀਤੀ ਗਈ ਸੋਈਦਾ ਵੀ ਨਰੀਖਣ ਕੀਤਾ ਅਤੇ ਨਿਗਰਾਨੀ ਕਰ ਰਹੇ ਅਧਿਕਾਰੀਆਂ ਨੂੰ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਅਤੇ ਸਾਫ ਸਫਾਈ ਦਾ ਬਕਾਇਦਾ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਅਮਰਿੰਦਰ ਸਿੰਘ ਜੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਜਿਹੜੇ ਕੋਵਿਡ ਪੇਸ਼ੈਂਟ ਹੈਗੇ ਨੇ ਅੰਡਰ ਪ੍ਰਿਵੀਲੇਜਡ ਹੈਗੇ ਨੇ ਜਾਂ ਪੂਰ ਪੇਸ਼ੈਂਟ ਹੈਗੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਸਮਰਥਾ ਪ੍ਰਗਟਾਈ ਜਾਂਦੀ ਹੈ ਪੇਸ਼ੈਂਟਸ ਵੱਲੋਂ ਕਿ ਉਹਨਾਂ ਕੋਈ ਖਾਣਾ ਵਗੈਰਾ ਨਹੀਂ ਜਿਹੜਾ ਹੈਗਾ ਤਿਆਰ ਕਰ ਸਕਦੇ ਤਾਂ ਅਸੀਂ ਇੱਕ ਜਿਹੜੀ ਹੈਲਪਲਾਈਨ ਹੈਗੀ ਹੈ ਉਹ ਸ਼ੁਰੂ ਕੀਤੀ ਹੈ 181 ਐਂਡ 112 ਨੰਬਰ ਦੇ ਉੱਤੇ ਕੋਈ ਵੀ ਕੋਵਿਡ ਪੇਸ਼ੈਂਟ ਕਾਲ ਕਰਕੇ ਜਿਹੜੀ ਹੈਗੀ ਫੂਡ ਵਾਸਤੇ ਆਪਣੀ ਰਿਕੁਆਇਰਮੈਂਟ ਦੱਸ ਸਕਦਾ ਤਾਂ ਜਿਹੜੀ ਇਹ ਹੈਲਪਲਾਈਨ ਹੈਗੀ 24x7 ਹੈਗੀ ਹੈ ਜਦੋਂ ਵੀ ਸਾਡੇ ਕੋਲ ਕਾਲ ਰੀਸੀਵ ਹੁੰਦੀ ਕੀ ਤਾਂ ਅਸੀਂ ਆਪਣਾ ਜਿਹੜਾ ਫੂਡ ਉਹਨਾਂ ਦੇ ਤੱਕ ਪਹੁੰਚਾਉਣਾ ਉਹਦੇ ਵਾਸਤੇ ਅਸੀਂ ਡਿਲੀਵਰੀ ਬੁਆイズ ਦੀ ਇੱਕ ਟੀਮ ਤਿਆਰ ਕੀਤੀ ਹੈ ਐਂਡ ਸਿਟੀ ਏਰੀਆ ਮਹਾਲੀ ਦੇ ਵਿੱਚ ਅਸੀਂ ਆਪਣੇ ਪੀਸੀਆਰ ਦੀਆਂ ਜਿਹੜੀਆਂ ਹੈਗੇ ਵਹੀਕਲਸ ਹੈਗੇ ਨੇ ਉਹਨਾਂ ਨੂੰ ਬੀਟ ਏਰੀਆ ਹੁੰਦਾ ਉਸ ਦੇ ਰਾਈ ਡਿਲੀਵਰੀ ਬੁਆイズ ਦੇ ਰਾਈ ਜਿਹੜਾ ਹੈਗਾ ਉਹਨਾਂ ਦੇ ਕੋਵਿਡ ਪੇਸ਼ੈਂਟਸ ਜਿਹੜੇ ਸਾਨੂੰ ਕਾਲ ਕਰਨਗੇ ਉਹਨਾਂ ਦੇ ਘਰ ਤੱਕ ਖਾਣਾ ਜਿਹੜਾ ਡੋਰ ਸਟੈਪਸ ਤੱਕ ਜਿਹੜਾ ਫੂਡ ਹੈ ਪ੍ਰੋਵਾਈਡ ਕੀਤਾ ਜਾਏਗਾ कोरोना वायरस ਦੇ ਮੌਜੂਦਾ ਸੰਕਟ ਦੇ ਮੱਦੇਨਜ਼ਰ ਹੁਣ ਸ਼ਿਆਰਾਵਾਂ ਪਿੰਡਾਂ ਦੇ ਲੋਕਾਂ ਵਿੱਚ ਵੀ ਇਸ ਮਹਾਮਾਰੀ ਬਾਰੇ ਜਾਗਰੂਕਤਾ ਵਧ ਗਈ ਹੈ ਅਤੇ ਲੋਕਾਂ ਨੇ ਇਕੱਠੇ ਹੋ ਕੇ ਆਪਣੇ ਪਦਰਤੇ ਕਰੋਨਾ ਦੇ ਬਚਾਅ ਦੇ ਹਿਲੇ ਸ਼ੁਰੂ ਕਰ ਦਿੱਤੇ ਨੇ। ਕੇਂਦਰ ਸਰਕਾਰ ਵੱਲੋਂ ਪੇਂਡੂ ਇਲਾਕਿਆਂ ਵਿੱਚ ਪੰਚਾਇਤਾਂ, ਨੌਜਵਾਨਾਂ ਅਤੇ ਪਿੰਡਾਂ ਦੇ ਪੜ੍ਹੇ ਲਿਖੇ ਲੋਕਾਂ ਨੂੰ ਕਰੋਨਾ ਵਿਰੁੱਧ ਜੰਗ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਪਿੰਡਾਂ ਵਿੱਚ ਕਰੋਨਾ ਵਾਇਰਸ ਦੇ ਫੈਲਣ ਨੂੰ ਰੋਕਿਆ ਜਾ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੀਤੇ ਦਿਨੀ ਪਿੰਡਾਂ ਦੇ ਲੋਕਾਂ ਨੂੰ ਠਿਕਰੀ ਪੈਰੇ ਲਗਾਉਣ ਦੀ ਅਪੀਲ ਕੀਤੀ ਸੀ। ਇਸੇ ਅਮਲ ਕਰਦਿਆਂ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਦੇ ਪਿੰਡਾਂ ਦੇ ਲੋਕਾਂ ਨੇ ਵੱਡੇ ਪੱਧਰ ਤੇ ਯਤਨ ਸ਼ੁਰੂ ਕੀਤੇ ਪਿੰਡ ਪੱਕਾ ਚਿਸ਼ਤੀ ਦੇ ਨੌਜਵਾਨਾਂ ਨੇ ਪਿੰਡ ਦੇ ਬਾਹਰ ਠਿਕਰੀ ਪਹਿਰਾ ਲਗਾ ਦਿੱਤਾ ਹੈ ਅਤੇ ਰੋਜ਼ਾਨਾ ਪਿੰਡ ਵਿੱਚ ਦਾਖਲ ਹੋਣ ਵਾਲਿਆਂ ਤੇ ਬਾਹਰ ਜਾਣ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਿੰਡ ਦੇ ਨੌਜਵਾਨਾਂ ਵਿਪਨ ਚਾਵਲਾ ਸੁਖਵੰਤ ਸਿੰਘ ਅਤੇ ਰਸਾਲਾ ਸਿੰਘ ਨੇ ਦੱਸਿਆ ਕਿ ਕਿਵੇਂ ਉਹਨਾਂ ਵੱਲੋਂ ਲੋਕਾਂ ਨੂੰ ਕਰੋਨਾ ਮਹਾਮਾਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਨੌਜਵਾਨ ਸਾਡੇ ਮੁੰਡੇ ਠਿਕਰੀ ਪਹਿਰਾ ਲਾਉਂਦੇ ਨੇ ਕੋਈ ਬਾਹਰੋਂ ਅੰਦਰੋਂ ਆਉਂਦਾ ਹੈ ਵੇਖਦੇ ਵੀ ਨੇ ਸਾਡੇ ਜਿਹੜੇ ਪਿੰਡ ਦੇ ਬਜ਼ੁਰਗ ਨੌਜਵਾਨ ਉਹਨਾਂ ਨੂੰ 마스크 ਬਾਰੇ ਵੀ ਅਵੇਅਰ ਕੀਤਾ ਜਾਂਦਾ ਹੈ ਵੀ ਇਹ ਕਿ ਮਹਾਮਾਰੀ ਹੈ ਇੱਕ ਦੂਜੇ ਤੋਂ ਅਗਾ ਫੈਲ ਜਾਂਦੀ ਹੈ ਇਸ ਕਰਕੇ ਸਾਰੇ ਦੇ ਪਿੰਡ ਦੇ ਵਿੱਚ ਇਹਨਾਂ ਬਾਰੇ ਜਾਣਕਾਰੀ ਵੀ ਦੇ ਰਹੇ ਆ ਅਵੇਅਰ ਕਰ ਰਹੇ ਆ ਵੀ 마스크 ਜ਼ਰੂਰੀ ਹੈ 마스크 ਲਾ ਕੇ ਰੱਖੋ ਅਸੀਂ ਠਿਕਰੀ ਪੈਰ ਨੂੰ ਬਹੁਤ ਵਧੀਆ ਸਮਝਦੇ ਆ ਜੀ ਸਾਡਾ ਪਿੰਡ ਜਿਹੜਾ ਬਹੁਤ ਸੁਲਝਾ ਪਿੰਡ ਹੈ ਸਾਡੇ ਜਿਹੜੇ ਪਿੰਡ ਦੇ ਨੌਜਵਾਨ ਨੇ ਬਹੁਤ ਸੁਲਝੇ ਮੁੰਡੇ ਨੇ ਕਰੋਨਾ ਤੋਂ ਆ ਵੀ ਬਹੁਤ ਬਚ ਕੇ ਰਹਿੰਦੇ ਆ ਲੋਕਾਂ ਨੂੰ ਬਹੁਤ ਸਮਝਾਉਂਦੇ ਨੇ ਬਹੁਤ ਅਵੇਅਰ ਕਰਦੇ ਨੇ ਜੋ ਪਿੰਡ ਦੇ ਵਿੱਚੋਂ ਬਾਹਰੋਂ ਆਉਂਦਾ ਹੈ ਜਾਂ ਪਿੰਡ ਦੇ ਵਿੱਚੋਂ ਕਿਤੇ ਬਾਹਰ ਜਾਣਾ ਹੁੰਦਾ ਹੈ ਪਿੰਡ ਤੋਂ ਬਾਹਰ ਜਾਣ ਵੇਲੇ ਬੜਾ ਸਮਝਾਇਆ ਜਾਂਦਾ ਹੈ ਵੀ ਤੁਸੀਂ ਉੱਥੇ ਆ ਕੇ ਦਾ ਸੋਸ਼ਲ ਡਿਸਟੈਂਸ ਰੱਖਣਾ ਹੈ ਔਰ ਹਰ ਚੀਜ਼ ਪਾਸੋਂ ਬਚ ਕੇ ਰਹਿਣਾ ਹੈ ਜੇ ਕੋਈ ਬੰਦਾ ਬਾਹਰੋਂ ਪਿੰਡ ਵਿੱਚ ਆਉਂਦਾ ਹੈ ਤਾਂ ਉਹਨਾਂ ਵੀ ਪੂਰੀ ਪੁਛਗੈਸ ਕਰਦੇ ਨੇ ਪਹਿਰਿਆਂ ਤੇ ਹੀ ਸਾਨੂੰ ਬਹੁਤ ਸਿੱਖਿਆ ਮਿਲਦੀ ਹੈ ਕਿ ਕੋਰੋਨਾ ਤੋਂ ਦੂਰ ਰਹਿਆ ਜਾਏ ਇਸ ਬਣਾ ਕੇ ਫਾਂਸਲਾ ਰੱਖਿਆ ਜਾਏ ਜਿਸ ਨਾਲ ਕਰੋਨਾ ਤੋਂ ਆਪਾਂ ਨੂੰ ਬਚਣਾ ਚਾਹੀਦਾ ਹੈ ਜੇ ਕਿ ਪਹਿਲੋ ਹੀ ਸਾਨੂੰ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਕਿ 마ਸਕ ਪਹਿਨ ਕੇ ਤੁਰਨਾ ਚਾਹੀਦਾ ਬਾਜ਼ਾਰ ਵਿੱਚ ਜੇ ਜਾਣਾ ਤਾਂ ਲੋੜ ਅਨਸਾਰ ਜਾਣਾ ਹੈ ਕਾਂਗਰਸ ਪਾਰਟੀ ਦੇ ਪੀਸ਼ੰਪੀਤਾ ਮਹਾਹਾਏ ਜਾਂਦੇ ਸਾਬਕਾ ਕੇਂਦਰੀ ਮੰਤਰੀ ਅਤੇ ਰਾਜਪਾਲ ਰਗਨੰਦਨ ਲਾਲ ਪਾਟਿਆ ਦਾ ਅਜਮਰਤ ਸਰ ਵਿੱਚ ਦਿਹਾਂਤ ਹੋ ਗਿਆ ਉਹ 100 ਵਰਿਆਂ ਦੇ ਸਨ ਰਗੁਨੰਦਨ ਲਾਲ ਪਾਟਿਆ ਨੂੰ ਸਾਦੀ ਤਕਲੀਫ ਮਗਰੋਂ ਬੀਤੇ ਦਿਨ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਅੱਜ ਉਹਨਾਂ ਸਵੇਰੇ 10:30 ਵਜੇ ਆਖਰੀ ਸਾਹ ਲਿਆ ਕੇਂਦਰ ਵਿੱਚ ਮੰਤਰੀ ਰਹਿਣ ਤੋਂ ਇਲਾਵਾ ਕੇਰਲ ਅਤੇ ਬਿਹਾਰ ਦੇ ਰਾਜਪਾਲ ਵੀ ਰਹੇ 1992 ਵਿੱਚ ਪੀਵੀ ਨਰਸੀਮਹਾ ਰਾਓ ਦੀ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਵੀ ਰਹੇ ਰਗੁਨੰਦਨ ਲਾਲ ਪਾਟਿਆ ਨੂੰ ਸਿਆਸਤ ਵਿੱਚ ਸਾਫ਼ ਸੁਥਰੇ ਅਕਸ ਲਈ ਜਾਣਿਆ ਜਾਂਦਾ ਸੀ ਰਗੁਨੰਦਨ ਲਾਲ ਪਾਟਿਆ ਦਾ ਅੰਤਿਮ ਸੰਸਕਾਰ ਅੱਜ ਦੁਰਗਿਆਨਾ ਮੰਦਿਰ ਸ਼ਿਪੂਰੀ ਵਿਖੇ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਰਗੁਨੰਦਨ ਲਾਲ ਪਾਟਿਆ ਦੇ ਪੁੱਤਰ ਨੇ ਆਪਣੇ ਪਿਤਾ ਦੀ ਚਿ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਕਣਕ ਦੀ ਆਮਦ ਜਾਰੀ ਹੈ ਇਸ ਵਾਰ ਕਿਸਾਨ ਪਹਿਲੀ ਵਾਰ ਆਪਣੀ ਜਿੰਸ ਦੀ ਅਦਾਇਗੀ ਖਾਤਿਆਂ ਵਿੱਚ ਪ੍ਰਾਪਤ ਕਰਕੇ ਕਾਫੀ ਖੁਸ਼ ਨੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਮੰਗਰੋਂ 1-2 ਦਿਨਾਂ ਦੇ ਅੰਦਰ ਹੀ ਸਿੱਧਾ ਲਾਭ ਤਬਾਦਲਾ ਪ੍ਰਣਾਲੀ ਰਾਹੀਂ ਅਦਾਇਗੀ ਪ੍ਰਾਪਤ ਹੋ ਜਾਂਦੀ ਹੈ ਪ੍ਰਸਾਰ ਭਾਰਤੀ ਦੇ ਮੁਹਾਲੀ ਸਥਿਤ ਨੁਮਾਇंदे ਨੇ ਮਦਨ ਹੈੜੀ ਪਿੰਡ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਤੇ ਕਣਕ ਦੀ ਖਰੀਦ ਮੰਗਰੋਂ ਸਮੇਂ ਸਿਰ ਅਦਾਇਗੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਕਿਸਾਨਾਂ ਨੇ ਜਿੰਸ ਦੀ ਅਦਾਇਗੀ ਸਿੱਧੇ ਖਾਤੇ ਵਿੱਚ ਪ੍ਰਾਪਤ ਕਰਨ ਤੇ ਖੁਸ਼ੀ ਪ੍ਰਗਟ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ ਸਵਿੰਦਰ ਸਿੰਘ ਤੇ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਹਾਂ ਪਿੰਡ ਮਦਨਹੜੀ ਹੈ ਜਿਲ੍ਹਾ ਮੁਹਾਲੀ ਹੈ ਸੋ ਜਿਹੜੀ ਸਰਕਾਰ ਵੱਲੋਂ ਕਣਕ ਦੀ ਪੇਮੈਂਟ ਹੈ ਉਹ ਸਿੱਧੀ ਹੈ ਜਿਹੜੀ ਖਾਤਿਆਂ ਚਾਹੀਏ ਸੋ ਦੇ ਲਈ ਜਿਹੜਾ ਹੈਗਾ ਕਿਸਾਨ ਦਾ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਸਰਜੀਤ ਸਿੰਘ ਪਿੰਡ ਮਦਨਹੜੀ ਜਿਲ੍ਹਾ ਮੁਹਾਲੀ ਦਾ ਰਹਿਣ ਵਾਲਾ ਹਾਂ ਤੇ ਸਾਡੇ ਕੋਲ 30 ਏਕੜ ਜ਼ਮੀਨ ਹੈ ਇਹ ਕੱਲ ਮੇਰੇ ਵਿੱਚ 24 ਇਕੜ ਕਣਕ ਬੀਜੀ ਹੋਈ ਸੀਗੀ ਜੋ ਕਿ ਸਾਰੀ ਸਾਰੀ ਅਸੀਂ ਮੰਡੀ ਵਿੱਚ ਲੈ ਕੇ ਗਏ ਆਂ ਔਰ 72 ਘੰਟੇ ਬਾਅਦ ਸਾਡੀ ਪੇਮੈਂਟ ਸਾਡੇ ਅਕਾਊਂਟ ਵਿੱਚ ਪਹੁੰਚ ਗਈ ਜੀ ਤੇ ਅਸੀਂ ਇਹਦੇ ਨਾਲ ਬਹੁਤ ਬਹੁਤ ਖੁਸ਼ ਆਂ ਮੈਂ ਰਵਿੰਦਰ ਸਿੰਘ ਐ ਪਿੰਡ ਮਦਨਹੜੀ ਡਿਸਟ੍ਰਿਕਟ ਮੋਹਾਲੀ ਦਾ ਸੀ ਮੈਂ ਰਹਿਣ ਵਾਲਾ ਆਂ ਤੇ ਅਸੀਂ ਕਣਕ ਦੀ ਫਸਲ ਆਪਣੀ ਮੰਡੀ ਵਿੱਚ ਲੈ ਕੇ ਗਏ ਤੇ ਸਾਡੀ ਸਮੇਂ ਸਿਰ ਤਲਾਈ ਹੋ ਕੇ ਉਸ ਤੋਂ 72 ਘੰਟੇ ਦੇ ਵਿੱਚ ਸਾਡੀ ਪੇਮੈਂਟ ਅਕਾਊਂਟ ਵਿੱਚ ਆ ਗਈ ਮੇਰਾ ਨਾਮ ਦਰਜੀਤ ਸਿੰਘ ਪਿੰਡ ਮਦਨਹੜੀ ਮੇਰੇ ਕੋਲ 2 ਗੀਲਾਂ ਦੀ ਖੇਤੀ ਸੀ 2 ਗੀਲਾਂ ਦੀ ਖੇਤੀ ਦੀ ਜਿਹੜੀ ਫਸਲ ਸੀ ਉਹ ਮੈਂ ਬਿਲਕੁਲ ਮੰਡੀ ਚ ਲੈ ਗਿਆ ਸਹੀ ਟਾਈਮ ਨਾਲ ਸੁੱਕੀ ਕਣਕ ਲੈ ਗਿਆ ਉਸ ਤੋਂ ਬਾਅਦ ਸਹੀ ਟਾਈਮ ਨਾਲ ਉਹਦਾ ਰੇਟ ਮਿਲਿਆ ਮੈਨੂੰ ਜੋ ਰੇਟ ਤਾਂ ਗਵਰਨਮੈਂਟ ਦਾ 1975 ਉਹਦੇ ਬਾਅਦ ਸਿੱਧੀ ਜਿਹੜੀ ਅਦਾਗੀ ਹੈ ਉਹ ਬਿਲਕੁਲ ਸਹੀ ਲੱਗੀ ਮੈਨੂੰ ਉਹ ਤੇ ਸਾਡੀ ਜਿਹੜੀ ਪੇਮੈਂਟ ਹੈ ਉਹ 72 ਘੰਟਿਆਂ ਵਿੱਚ ਸਹੀ ਟਾਈਮ ਨਾਲ ਆ ਗਈ ਜੀ ਮਦਰ ਰੈਡੀ ਪਿੰਡ ਹੈ ਜਿਲ੍ਹਾ ਮੋਹਾਲੀ ਮੈਂ ਆਪਣੀ ਫਸਲ ਵੇਚੀ ਕਣਕ ਜੀ 72 ਘੰਟਿਆਂ ਵਿੱਚ ਮੈਨੂੰ ਪੈਸੇ ਆ ਗਏ ਜੀ ਕਪੂਰਥਲਾ ਵਿੱਚ ਕਣਕ ਦੀ ਖਰੀਦ ਦਾ ਕੰਮ ਮੁਕੰਮਲ ਹੋ ਗਿਆ ਹੈ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਦੀਪਤੀ ਪੁਲਨਸਾਰ ਹਾੜੀ ਦੇ ਖਰੀਦ ਸਿਜ਼ੰਦਰਨ ਜ਼ਿਲ੍ਹੇ ਪਰ ਵਿੱਚ ਕੋਲ 392711 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਜਦ ਕਿ ਪਿਛਲੇ ਸਾਲ 308971 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਸੀ ਡਿਪਟੀ ਕਮਿਸ਼ਨਰ ਨੇ ਕਣਕ ਦੀ ਖਰੀਦ ਦੇ ਕੰਮ ਵਿੱਚ ਕਿਸਾਨਾਂ ਆੜਤੀਆਂ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਨਿਭਾਏ ਗਏ ਰੋਲ ਦੀ ਸ਼ਲਾਘਾ ਕੀਤੀ ਡਿਪਟੀ ਕਮਿਸ਼ਨਰ ਨੇ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ 86% ਖਰੀਦੀ ਗਈ ਕਣਕ ਦੀ ਚੁਕਾਈ ਹੋ ਚੁੱਕੀ ਹੈ ਤੇ ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਅਦਾਇਗੀਆਂ ਵਜੋਂ ਕੋਈ 738 ਕਰੋੜ ਰੁਪਏ ਪਾਏ ਗਏ ਕਿਸਾਨਾਂ ਨੇ ਸਰਕਾਰ ਵੱਲੋਂ ਫਸਲ ਦੀ ਅਦਾਇਗੀ ਦੀ ਰਕਮ ਸਿੱਧੀ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣ ਤੇ ਖੁਸ਼ੀ ਜਤਾਈ ਮੈਂ ਕਰਮ ਸਿੰਘ ਸਰਪੰਚ ਮੇਰੀ ਜ਼ਮੀਨ ਜਲੰਧਰ ਜ਼ਿਲ੍ਹੇ ਵਿੱਚ ਵੀ ਹੈ ਤੇ ਹੁਸਲਾ ਜ਼ਿਲ੍ਹੇ ਵਿੱਚ ਵੀ ਪੈਂਦੀ ਹੈ ਮੈਂ ਆਪਣੀ ਫਸਲ ਤਕਰੀਬਨ 1000 ਕੁਇੰਟਲ ਦੇ ਕਰੀਬ ਗਿੱਦੜਪਿੰਡੀ ਮੰਡੀ ਵਿੱਚ ਲੈ ਕੇ ਗਿਆ ਸੀ ਜੋ ਬਹੁਤ ਛੇਤੀ ਵਿਗ ਗਈ ਮੈਨੂੰ ਇੱਕ ਵੀ ਰਾਤ ਉੱਥੇ ਨਹੀਂ ਰਹਿਣਾ ਪਿਆ ਮੇਰੀ ਪੇਮੈਂਟ ਅਗਲੇ 48 ਘੰਟਿਆਂ ਦੇ ਵਿੱਚ ਵਿੱਚ ਮੇਰੀ ਬੈਂਕ ਵਿੱਚ ਆ ਗਈ ਸੀ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਡीडी ਪੰਜਾਬੀ ਦੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ RNU DDK ਜਲੰਧਰ ਤੇ ਵੀ ਦੇਖ ਸਕਦੇ ਨੇ ਤੇ ਇਹ ਬੁਲੇਟਿਨ RNU ਜਲੰਧਰ ਦੇ Twitter handle ਤੇ ਵੀ Facebook page ਤੇ ਉਪਲਬਧ ਨੇ ਇਸੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ ਆ ਗਿਆ ਦਿਓ ਨਮਸਕਾਰ